ਤੁਸੀਂ ਇੱਥੇ ਸੜਕਾਂ ਤੇ ਖਲੋ ਕੇ ਫਾਦਰ ਦਾ ਸਾਥ ਦੇ ਰਹੇ ਹੋ, ਤੁਹਾਡਾ ਦਿਲ ਨਹੀਂ ਕੀਤਾ ਬਾਹਰ ਚੱਲੀ? ਉਹਦੇ ਆਪਣੇ ਨਾਲ ਸੰਗ ਸ਼ਰਮ ਮਾਰਦੀ ਹੈ ਵੀ ਆਪਾਂ ਨੂੰ ਦੂਜਾ ਕਿਆ ਕਹੂਗਾ, ਹੈ ਨਾ, ਵੀ ਆਪਣੇ ਨਾਲ ਦੇ ਕੀ ਕਹਿਣਗੇ, ਰਿਸ਼ਤੇਦਾਰ ਆਪਣੇ ਪਿੰਡ ਫੈਮਿਲੀ ਦੇ ਕੀ ਕਹਿਣਗੇ ਆਪਾਂ ਨੂੰ। ਆਪਾਂ ਮਾਲਕ ਬਣਨ ਦੀ ਬਜਾਏ ਆਪਾਂ ਨੌਕਰ ਬਣ ਜਾਂਦੇ ਹਾਂ ਉੱਥੇ। ਨਹੀਂ, ਮੈਂ ਜੋਬ ਕਰਦਾ ਜੀ, ਵੈਸੇ ਤਾਂ ਮੈਂ ਬੈਂਕਿੰਗ ਲਾਈਨ ਦੇ ਵਿੱਚ ਹਾਂ, ਮੈਂ ਜੋਬ ਕਰਦਾ, ਮੇਰਾ ਕੰਮ ਆਨਲਾਈਨ ਹੈ। ਸਾਗ ਮੱਕੀ ਦੀ ਰੋਟੀ, ਰਾਜਮਾਂਹ ਚਾਵਲ, ਕੜੀ ਚਾਵਲ, ਅੱਜ ਹੈਗਾ ਸਾਡੇ ਕੋਲ ਇੱਕ ਨਾਲ ਮਿਕਸ ਵੈੱਜ, ਅਤੇ ਕਈ ਵਾਰੀ ਮਟਰ ਪਨੀਰ ਵਗੈਰਾ, ਉਹ ਸਬਜ਼ੀ ਡੇਲੀ ਚੇਂਜ ਹੁੰਦੀ ਰਹਿੰਦੀ ਹੈ। ਚੰਗਾ ਖਾਣਾ ਹੋਵੇ ਤਾਂ ਹਰੇਕ ਚਾਹੁੰਦਾ ਵੀ ਮੈਨੂੰ ਚੰਗਾ ਖਾਣਾ ਮਿਲੇ। ਕੀ ਦਿਮਾਗ ਵਿੱਚ ਆਇਆ, ਕਿੱਦਾਂ, ਮਤਲਬ ਲੋਕ ਤਾਂ ਰੇਹੜੀਆਂ 'ਤੇ ਜਾਂ ਢਾਬਿਆਂ 'ਤੇ ਜੋ ਹੈ ਸਮਾਨ ਇਸ ਤਰ੍ਹਾਂ ਦਾ ਵੇਚ ਰਹੇ ਨੇ, ਇੱਥੇ ਵੀ ਇਸ ਇੱਧਰ ਦੀ ਸੜਕ ਦੀ ਗੱਲ ਕਰੀਏ, ਇੱਥੇ ਵੀ ਛੋਟੇ ਛੋਟੇ ਕਾਊਂਟਰ 'ਤੇ ਲਾਏ ਸੀ, ਤੁਸੀਂ ਇੰਨੀ ਮਹਿੰਗੀ ਗੱਡੀ ਦਾ ਸੈਟਅਪ ਬਣਾਇਆ? ਨਹੀਂ ਦੇਖੋ ਸਰ, ਸਾਡੇ ਕੋਲ ਗੱਡੀ ਖੜੀ ਸੀਗੀ ਇਹ, ਇਸ ਕਰਕੇ ਅਸੀਂ ਕਿਹਾ ਵੀ ਤੂੰ ਨਾ ਇਹ ਆਪਾਂ ਨੂੰ ਇਹ ਕੰਮ ਵੀ ਦੇ ਸਕਦੀ ਹੈ ਨਾਲ, ਅਤੇ ਅਸੀਂ ਨਾਲ ਇਹਦਾ ਚਲਾ ਲਏ ਕੋਈ ਦਾ। ਸਤਿ ਸ਼੍ਰੀ ਅਕਾਲ ਜੀ, D5 ਚੈਨਲ ਪੰਜਾਬੀ ਦੇਖ ਰਹੇ ਹੋ ਤੁਸੀਂ, ਅਤੇ ਮੈਂ ਹਾਂ ਕੁਲਵੀਰ ਰਾਹੀ। ਅਕਸਰ ਤੁਸੀਂ ਦੁਕਾਨਾਂ 'ਤੇ, ਢਾਬਿਆਂ ਦੇ ਵਿੱਚ, ਹੋਟਲਾਂ ਦੇ ਵਿੱਚ ਸਾਗ ਅਤੇ ਮੱਕੇ ਦੀ ਰੋਟੀ ਵੇਖਦੀ ਦੇਖੀ ਹੋਣੀ ਹੈ, ਲੇਕਿਨ ਜਿੱਥੇ ਮੈਂ ਬੈਠਾ ਹਾਂ ਉਹ ਇੱਕ ਸਕਾਰਪੀਓ ਹੈ। ਜੇਕਰ ਤੁਸੀਂ ਸੋਚੋ ਕਿ ਸਕਾਰਪੀਓ ਦੇ ਵਿੱਚ ਜੋ ਹੈ ਮੱਕੇ ਦੀ ਰੋਟੀ ਅਤੇ ਸਰ੍ਹੋਂ ਦਾ ਸਾਗ, ਰਾਜਮਾਂਹ ਅਤੇ ਚਾਵਲ ਵੇਖਦੇ ਹਨ, ਤਾਂ ਸ਼ਾਇਦ ਤੁਸੀਂ ਯਕੀਨ ਨਾ ਕਰੋ, ਲੇਕਿਨ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਅੱਜ ਇੱਕ ਇਹੋ ਜਿਹੀ ਸੈਟਅਪ ਦੀਆਂ ਕਿ ਇਹ ਸਕਾਰਪੀਓ ਦੇ ਵਿੱਚ ਮਹਿੰਗੀ ਗੱਡੀ ਦੇ ਵਿੱਚ ਇੱਕ ਪਰਿਵਾਰ ਵੱਲੋਂ ਜੋ ਹੈ ਇੱਕ ਸੈਟਅਪ ਲਗਾਇਆ ਗਿਆ ਹੈ, ਜਿਸ ਦੇ ਵਿੱਚ ਜੋ ਹੈ ਸਰ੍ਹੋਂ ਦਾ ਸਾਗ, ਮੱਕੇ ਦੀ ਰੋਟੀ ਅਤੇ ਹੋਰ ਜਿਹੜਾ ਖਾਣ ਪੀਣ ਦਾ ਸਮਾਨ ਜਿਹੜਾ ਹੈ ਉਹ ਵੇਚਿਆ ਜਾ ਰਿਹਾ। ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇੱਕ ਫਾਦਰ ਅਤੇ ਉਹਨਾਂ ਦਾ ਬੇਟਾ ਜਿਹੜਾ ਹੈ ਇੱਥੇ ਇਹ ਸਮਾਨ ਵੇਚਦਾ ਨਜ਼ਰ ਆ ਰਿਹਾ। ਗੱਲਬਾਤ ਵੀ ਕਰਾਂਗੇ ਕਿੱਥੋਂ ਆਉਂਦੇ ਨੇ, ਕਿਸ ਤਰ੍ਹਾਂ ਇਹ ਤਿਆਰ ਕਰਦੇ ਨੇ ਅਤੇ ਕਿੰਨੇ ਕੁ ਉਹਨਾਂ ਦੀ ਸੇਲ ਹੁੰਦੀ ਹੈ। ਤੁਸੀਂ ਦੇਖ ਸਕਦੇ ਹੋ ਕਿ ਇਹ ਸੈਟਅਪ ਜਿਹੜਾ ਪੱਖੋਵਾਲ ਰੋਡ 'ਤੇ ਇੱਕ ਸਕਾਰਪੀਓ ਮਹਿੰਗੀ ਗੱਡੀ ਹੈ, ਉਸਦੇ ਵਿੱਚ ਬੈਕ ਸਾਈਡ 'ਤੇ ਉਹਦੀ ਸੀਟਾਂ ਫੋਲਡ ਕਰਕੇ ਇੱਕ ਰਸੋਈ ਤਿਆਰ ਕੀਤੀ ਗਈ ਹੈ ਜਿੱਥੇ ਇਹ ਸਮਾਨ ਵੇਚਿਆ ਜਾ ਰਿਹਾ। ਗੱਲਬਾਤ ਕਰਾਂਗੇ ਕਿ ਕਿੱਥੋਂ ਇਹ ਆਉਂਦੇ ਨੇ, ਇੱਥੇ ਵੇਚਦੇ ਨੇ, ਕਿੰਨੇ ਕੁ ਗ੍ਰਾਹਕ ਜਿਹੜੇ ਰੋਜ਼ ਇੱਥੇ ਆਉਂਦੇ ਨੇ ਅਤੇ ਕਿਸ ਤਰ੍ਹਾਂ ਜਿਹੜਾ ਇਹ ਸਮਾਨ ਉਹਨਾਂ ਵੱਲੋਂ ਤਿਆਰ ਕੀਤਾ ਜਾਂਦਾ ਹੈ। ਕੀ ਨਾਂ ਜੀ ਆਪਣਾ? ਮੇਰਾ ਨਾਮ ਜਗਪਾਲ ਸਿੰਘ ਹੈ ਜੀ। ਤੁਸੀਂ ਇਹ ਜਿਹੜਾ ਸੈਟਅਪ ਲਗਾਇਆ, ਤੁਸੀਂ ਮਤਲਬ ਕੀ ਆਈਟਮ ਤੁਸੀਂ ਇੱਥੇ ਵੇਚਦੇ? ਅਸੀਂ ਆਉਂਦੇ ਹਾਂ ਸਰ ਸਮਰਾਲੇ ਤੋਂ, ਸਮਰਾਲੇ ਦਾ ਪਿੰਡ ਆ ਸਾਡਾ ਤਹਿਸੀਲ ਦਾ ਕਕਰਾਲਾ ਕਲਾਂ, ਅਤੇ ਉਹਦੇ ਅਸੀਂ ਲੈ ਕੇ ਆਉਂਦੇ ਹਾਂ ਸਾਗ ਮੱਕੀ ਦੀ ਰੋਟੀ, ਰਾਜਮਾਂਹ ਚਾਵਲ, ਕੜੀ ਚਾਵਲ, ਅੱਜ ਹੈਗਾ ਸਾਡੇ ਕੋਲ ਇੱਕ ਨਾਲ ਮਿਕਸ ਵੈੱਜ, ਅਤੇ ਕਈ ਵਾਰੀ ਮਟਰ ਪਨੀਰ ਵਗੈਰਾ, ਉਹ ਸਬਜ਼ੀ ਡੇਲੀ ਚੇਂਜ ਹੁੰਦੀ ਰਹਿੰਦੀ ਹੈ ਜੀ। ਕਿਹੋ ਜਿਹਾ ਰਿਸਪੋਂਸ ਮਿਲਦਾ ਪਿਆ ਤੁਹਾਨੂੰ ਉੱਥੇ ਜਿਹੜੇ ਤੁਸੀਂ ਲੁਧਿਆਣਾ ਆਉਂਦੇ ਹੋ ਖਾਣ ਪੀਣ ਦੇ ਸ਼ੌਕੀਨ ਲੋਕ? ਰਿਸਪੋਂਸ ਬਹੁਤ ਵਧੀਆ ਮਿਲ ਰਿਹਾ ਜੀ, ਅਤੇ ਇਹ ਆ ਵੀ ਚੰਗਾ ਖਾਣਾ ਹੋਵੇ ਤਾਂ ਹਰੇਕ ਚਾਹੁੰਦਾ ਵੀ ਮੈਨੂੰ ਚੰਗਾ ਖਾਣਾ ਮਿਲੇ, ਅਤੇ ਬਹੁਤ ਸੋਹਣਾ ਰਿਸਪੋਂਸ ਮਿਲ ਰਿਹਾ ਜੀ। ਤੁਸੀਂ ਇੰਨੀ ਵੱਡੀ ਮਹਿੰਗੀ ਗੱਡੀ ਦੇ ਵਿੱਚ, ਸਕਾਰਪੀਓ ਦੇ ਵਿੱਚ ਸੈਟਅਪ ਲਗਾਇਆ ਖਾਣ ਪੀਣ ਦਾ, ਕੀ ਦਿਮਾਗ ਵਿੱਚ ਆਇਆ, ਕਿੱਦਾਂ, ਮਤਲਬ ਲੋਕ ਤਾਂ ਰੇਹੜੀਆਂ 'ਤੇ ਜਾਂ ਢਾਬਿਆਂ 'ਤੇ ਜੋ ਹੈ ਸਮਾਨ ਇਸ ਤਰ੍ਹਾਂ ਦਾ ਵੇਚ ਰਹੇ ਨੇ, ਇੱਥੇ ਵੀ ਇਸ ਇੱਧਰ ਦੀ ਸੜਕ ਦੀ ਗੱਲ ਕਰੀਏ, ਇੱਥੇ ਵੀ ਛੋਟੇ ਛੋਟੇ ਕਾਊਂਟਰ 'ਤੇ ਲਾਏ ਸੀ, ਤੁਸੀਂ ਇੰਨੀ ਮਹਿੰਗੀ ਗੱਡੀ ਦਾ ਸੈਟਅਪ ਬਣਾਇਆ? ਨਹੀਂ ਦੇਖੋ ਸਰ, ਸਾਡੇ ਕੋਲ ਗੱਡੀ ਖੜੀ ਸੀਗੀ ਇਹ, ਇਸ ਕਰਕੇ ਅਸੀਂ ਕਿਹਾ ਵੀ ਤੂੰ ਨਾ ਇਹ ਆਪਾਂ ਨੂੰ ਇਹ ਕੰਮ ਵੀ ਦੇ ਸਕਦੀ ਹੈ ਨਾਲ, ਅਤੇ ਅਸੀਂ ਨਾਲ ਇਹਦਾ ਚਲਾ ਲਏ ਕੋਈ ਦਾ। ਹਾਂਜੀ, ਕਿੱਦਾਂ, ਕਿੰਨੇ ਵਜੇ ਸਵੇਰੇ ਉੱਠ ਕੇ ਤਿਆਰ, ਕਿੰਨੇ ਵਜੇ ਆ ਜਾਂਦੇ ਹੋ, ਕਿੰਨੇ ਵਜੇ ਘਰ ਵਿੱਚ ਤਿਆਰ ਕਰਦੇ ਹੋ ਸਮਾਨ? ਅਸੀਂ ਮੈਡਮ 4 ਵਜੇ ਉੱਠ ਖੜ੍ਹਦੇ ਨੇ, ਉਹਦੇ ਨਾਲ ਅਸੀਂ ਸਾਰੇ ਮੈਂਬਰ ਉੱਠ ਖੜ੍ਹਦੇ ਹਾਂ, ਅਤੇ ਪੂਰਾ ਪਰਿਵਾਰ ਮਿਲ ਕੇ ਅਸੀਂ ਫਿਰ ਸਾਰੀ ਰਸੋਈ ਤਿਆਰ ਕਰਦੇ ਹਾਂ। ਅਸੀਂ ਦੇਖ ਰਹੇ ਹਾਂ ਬੇਟੇ ਦੇ ਨਾਲ ਤੁਸੀਂ ਇੱਥੇ ਜਿਹੜਾ ਗ੍ਰਾਹਕ ਆ ਰਹੇ ਨੇ ਉਹਨਾਂ ਨੂੰ ਵਧੀਆ ਖਾਣਾ ਪੀਣਾ ਦੇ ਰਹੇ ਹੋ, ਅਤੇ ਗ੍ਰਾਹਕ ਕਿਹੋ ਜਿਹਾ ਰਿਸਪੋਂਸ ਦੇ ਰਹੇ ਨੇ ਤੁਹਾਨੂੰ? ਰਿਸਪੋਂਸ ਬਹੁਤ ਵਧੀਆ ਦੇ ਰਹੇ ਨੇ ਜੀ, ਅਤੇ ਸਾਨੂੰ ਗਾਹਕਾਂ ਤੋਂ ਇਹ ਵੀ ਪਤਾ ਚੱਲਦਾ ਵੀ ਕਿਹੜੀ ਚੀਜ਼ ਅਸੀਂ ਕੋਈ ਹੋਰ ਬੈਟਰ ਕਰ ਸਕਦੇ ਹਾਂ ਜਾਂ ਕਿੱਦਾਂ ਕਰ ਸਕਦੇ ਹਾਂ। ਦੇਖਣਾ ਚਾਹਾਂਗੇ ਕੀ ਤੁਸੀਂ ਸਮਾਨ ਜਿਹੜਾ ਇੱਥੇ ਲੈ ਕੇ ਆਇਓ, ਅੱਜ ਕੀ ਵੇਚ ਰਹੇ ਹੋ ਜੀ? ਸਰ ਸਾਡੇ ਕੋਲ ਇਹ ਸਾਗ ਹੈ ਜੀ, ਇਹ ਹਾਰੇ ਦਾ ਰਿੱਝਿਆ ਹੋਇਆ ਸਾਗ ਹੈ ਜੀ, ਚੁੱਲ੍ਹੇ ਦਾ ਵੀ ਨਹੀਂ ਹਾਰੇ ਦਾ ਰਿੱਝਿਆ ਹੋਇਆ ਜੀ, ਇਹਦਾ ਇੱਕ ਹਾਰੇ ਦੇ ਰਿੱਝੇ ਦਾ ਟੇਸਟ ਤੇ ਵੱਖਰਾ ਹੁੰਦਾ ਜੀ, ਅਤੇ ਸਾਡੇ ਕੋਲ ਰਾਜਮਾਂਹ ਚਾਵਲ ਨੇ ਜੀ, ਇਹ ਆ ਜੀ ਮਿਕਸ ਵੈੱਜ ਆ ਸਰ,
ਘਰ ਦਾ ਬਣਿਆ ਸਾਰਾ ਤੁਸੀਂ ਲੈ ਕੇ ਆਉਂਦੇ ਹੋ? ਹਰੇਕ ਚੀਜ਼ ਆਪਣੀ ਬਣਾਈ ਹੋਈ ਹੈ, ਸਾਡੇ ਪਰਿਵਾਰ ਨੇ, ਅਸੀਂ ਆਪ ਹੱਥੀਂ ਬਣਾਈ ਹੋਈ ਹੈ ਜੀ। ਅਤੇ ਇਹਦੇ ਵਿੱਚ ਕੋਈ ਇਹੋ ਜਿਹੀ ਚੀਜ਼ ਨਹੀਂ ਆ ਵੀ ਜਿਹੜੀ ਆਪਾਂ ਲੂਣ ਮਿਰਚ ਵਗੈਰਾ ਜਿਹੜੇ ਮਸਾਲੇ ਨੇ ਉਹ ਵੀ ਸਾਡੇ ਆਪਣੇ ਬਣਾਏ ਹੋਏ ਨੇ ਗਰੁੱਪ ਦੇ। ਅਤੇ ਇਹ ਰਾਜਮਾਂਹ ਨੇ ਸਰ, ਤੇ ਕੜੀ ਆ ਸਰ, ਪਕੌੜਿਆਂ ਵਾਲੀ ਕੜੀ ਆ। ਹਾਂਜੀ, ਦੇਖ ਸਕਦੇ ਹੋ ਕਿ ਪਕੌੜੇ ਵੀ ਜਿਹੜੇ ਨੇ ਭਰੇ ਪਏ ਨੇ ਕੜੀ ਦੇ ਵਿੱਚ। ਹਰ ਚੀਜ਼ ਜਿਹੜੀ ਹੈ ਬਹੁਤ ਖੁਸ਼ਬੂ ਜਿਹੜੀ ਉਸ ਤੋਂ ਵੀ ਪਤਾ ਲੱਗ ਰਿਹਾ ਕਿ ਤੁਸੀਂ ਬਹੁਤ ਵਧੀਆ ਜਿਹੜੀ ਕੁਆਲਿਟੀ ਇੱਥੇ ਲੈ ਕੇ ਆਏ ਹੋਏ ਹੋ। ਸਰ ਜੋ ਕਿ ਗਾਜਰ ਮੂਲੀ ਦਾ ਸੈਲਡ ਆ। ਹਾਂਜੀ, ਅਤੇ ਲੋਕ ਤਾਂ ਜੋ ਹੈ ਕਾਰ ਨੂੰ ਵਧੀਆ ਘੁੰਮਣ ਫਿਰਨ ਵਾਸਤੇ ਰੱਖਦੇ, ਤੁਸੀਂ ਇਸਤੇਮਾਲ ਕਰ ਰਹੇ ਹੋ ਆਪਣੇ ਰੋਜ਼ਗਾਰ ਵਾਸਤੇ? ਇਹ ਚਾਵਲ ਨੇ ਸਰ, ਇਹ ਲਾਗੇ ਨੇ, ਹੋਰ ਸਾਡੇ ਕੋਲ ਉੱਧਰ ਸਟੋਰ ਪਏ ਨੇ। ਅਤੇ ਵਧੀਆ ਚਾਵਲ ਦੀ ਕੁਆਲਿਟੀ ਵੀ ਵਧੀਆ ਨਜ਼ਰ ਆ ਰਹੀ ਹੈ ਜੀ। ਬਿਲਕੁਲ 11-21 ਚਾਵਲ ਨੇ ਜੀ, ਇਹ ਬਾਸਪਤੀ ਸਭ ਤੋਂ ਵਧੀਆ ਕੁਆਲਿਟੀ ਹੈ ਜੀ ਇਹਨਾਂ ਦੀ। ਅਤੇ ਇਹ ਹੈਗੀ ਜੀ ਗ੍ਰੀਨ ਚਟਨੀ, ਅਤੇ ਦੇਸੀ ਘੀ ਹੈ ਜੀ, ਇਹ ਸਾਡਾ ਆਪਣਾ ਖੁਦ ਬਣਾਇਆ ਹੋਇਆ ਜੀ। ਅਤੇ ਇਹ ਮਿਕਸ ਚਾਰ ਹੈ ਜੋ ਗਰੁੱਪ ਸਾਡਾ ਬਣਾ ਰਿਹਾ ਜੀ, ਇਹ ਮਿਕਸ ਚਾਰ ਹੈ ਜੀ, ਇਹ ਜੋ ਅਸੀਂ ਪਲੇਟ ਦੇ ਵਿੱਚ ਦਿੰਦੇ ਹਾਂ ਇਹ ਕਸਟਮਰ ਨੂੰ। ਹਾਂਜੀ, ਰੇਟ ਕੀ ਹੈ ਤੁਹਾਡੀ? ਇੱਕ ਜਿਹੜੀ ਪਲੇਟ ਤੁਸੀਂ ਬਣਾਉਂਦੇ ਹੋ ਮੱਕੇ ਦੀ ਰੋਟੀ, ਸਰੋਂ ਦਾ ਸਾਗ ਵਗੈਰਾ, ਕਿੰਨੇ ਦੀ ਪਲੇਟ ਤੁਸੀਂ ਦੇ ਰਹੇ ਹੋ? ਪਲੇਟ ਸਰੋਂ ਦਾ ਸਾਗ, ਮੱਕੀ ਦੀ ਰੋਟੀ, ਜਿਹੜਾ ਸਾਗ ਦੇਸੀ ਘੀ ਪਾ ਕੇ, ਦੋ ਵੱਡੀਆਂ ਰੋਟੀਆਂ ਨੇ, ਸੈਲਡ ਚਾਰ, ਗੁੜ, ਸੌਫ, ਹਰੀ ਚਟਨੀ ਅਤੇ ਚਾਟੀ ਦੀ ਲੱਸੀ। ਜੋ ਇਹਦਾ ਰੇਟ ਹੈਗਾ 100 ਰੁਪਏ, ਅਤੇ ਰਾਜਮਾਂਹ ਚਾਵਲ, ਕੜੀ ਚਾਵਲ, ਇਹ ਹੈ 60 ਰੁਪਏ। ਅਤੇ ਮਿਕਸ ਵੈਜ ਕਣਕ ਦਾ ਫੁਲਕਾ ਹੈ ਉਹਦੇ ਨਾਲ, ਜਾਂ ਕੋਈ ਵੀ ਮਟਰ ਪਨੀਰ ਕੁਛ ਹੋਵੇ, ਇਹ ਹੈਗੀ 80 ਰੁਪਏ। ਅਤੇ ਨਾਲ ਇਹਨਾਂ ਦੇ ਸੇਮ ਚਾਟੀ ਦੀ ਲੱਸੀ, ਗੁੜ ਵਗੈਰਾ ਹਰੇਕ ਚੀਜ਼ ਨਾਲ ਮਿਲਦੀ ਉਹ ਹੈ। ਤੁਸੀਂ ਦੱਸਿਆ ਖੇਤੀਬਾੜੀ ਕਰਦੇ ਹੋ, ਹੈਂ, ਉਹ ਖੇਤੀਬਾੜੀ ਕਰਦੇ ਕਰਦੇ ਤੁਸੀਂ ਇਹ ਸਮਾਨ ਵੇਚ ਦਿਓ, ਅਤੇ ਕੋਈ ਲੋਕਾਂ ਦੇ ਰਿਐਕਸ਼ਨ ਕਿੱਦਾਂ, ਕੋਈ ਰਿਸ਼ਤੇਦਾਰ ਨੇ ਉਹ ਕੀ ਕਹਿੰਦੇ ਆ ਕਿ ਭਾਈ ਖੇਤੀਬਾੜੀ ਛੱਡ ਕੇ ਤੂੰ ਇੱਧਰ ਕਿੱਧਰ? ਨਹੀਂ ਸਰ, ਕਹਿੰਦੇ ਨੇ ਰਿਸ਼ਤੇਦਾਰ ਵੀ, ਲੋਕ ਵੀ ਕਹਿ ਦਿੰਦੇ ਨੇ, ਅਤੇ ਪਰ ਦੇਖੋ ਸਾਨੂੰ ਚੰਗਾ ਲੱਗਿਆ ਕਿਉਂਕਿ ਕੋਈ ਵੀ ਖਾਣ ਨੂੰ ਨਹੀਂ ਦਿੰਦਾ ਹੈਗਾ, ਹਰੇਕ ਆਦਮੀ ਹੈ ਅਤੇ ਉਹ ਆਪਣੇ ਜੋਗਾ ਕਰ ਲਵੇ ਬਹੁਤ ਹੈ ਨਾ, ਅਤੇ ਕਹਿਣ ਵਾਸਤੇ ਆਪਾਂ ਹਰੇਕ ਨੂੰ ਪਿਆਰੇ ਰਹਿੰਦੇ ਹਾਂ ਕਿਉਂਕਿ ਸਾਡੇ ਕੋਲ ਕੰਮੇ ਨਹੀਂ ਕੋਈ, ਆਪਾਂ ਨੂੰ ਖਾਸ ਕਰਕੇ ਇਹੀਓ ਹੈ ਵੀ ਹਾਂ ਫਲਾਣਾ ਕੀ ਕਰਦਾ, ਮੈਂ ਕੀ ਕਰਦਾ, ਨਹੀਂ ਅਸੀਂ ਸੋਚਦੇ ਹਾਂ ਕਦੇ ਵੀ, ਅਤੇ ਉਹਦੇ ਨਾਲ ਸਰ ਸਾਨੂੰ ਕੋਈ ਇੰਨਾ ਫਰਕ ਨਹੀਂ ਪੈਂਦਾ ਹੈ, ਸਾਡਾ ਆਪਣਾ ਕੰਮ ਠੀਕ ਹੈ ਤਾਂ ਸਭ ਠੀਕ ਹੈ ਜੀ। ਤੁਹਾਡਾ ਬੇਟਾ ਵੀ ਇੱਥੇ ਜਿਹੜਾ ਤੁਹਾਡਾ ਸਹਿਯੋਗ ਕਰਦਾ, ਉਸ ਬੇਟਾ ਵੀ ਉਹਨਾਂ ਦੇ ਨਾਲ ਇਹ ਗੱਲਬਾਤ ਕਰਦੇ ਹਾਂ। ਕੀ ਨਾਮ ਹੈ ਬੇਟਾ ਤੁਹਾਡਾ? ਸਰ ਮੇਰਾ ਨਾਮ ਸ਼ਿਵਜੋਤ ਸਿੰਘ। ਸ਼ਿਵਜੋਤ ਸਿੰਘ ਜੀ, ਨਾਂ ਹੀ ਬੜਾ ਸੋਹਣਾ, ਤੁਸੀਂ ਆਪਣੇ ਫਾਦਰ ਦਾ ਇੱਥੇ ਸਾਥ ਦੇ ਰਹੇ ਹੋ, ਇੱਥੇ ਆਉਂਦੇ ਹੋ ਰੋਜ਼ ਸਵੇਰੇ। ਗੱਲ ਕਰੀਏ ਅੱਜ ਕੱਲ੍ਹ ਦੇ ਨੌਜਵਾਨਾਂ ਦੀ, ਖਾਸ ਕਰ ਪੰਜਾਬ ਦੇ ਨੌਜਵਾਨਾਂ ਦੀ, ਪੜ੍ਹ ਲੱਗ ਕੇ ਪੜ੍ਹਦੇ ਨੇ ਜਾਂ ਨਹੀਂ ਵੀ ਪੜ੍ਹਦੇ, ਉਹ ਸੋਚਦੇ ਨੇ ਅਸੀਂ ਵਿਦੇਸ਼ਾਂ ਵਿੱਚ ਚਲ ਜਾਈਏ, ਆਈਲੈਟ ਕਰਦੇ ਨੇ, ਬਾਹਰ ਚਲ ਜਾਂਦੇ ਆ। ਤੁਸੀਂ ਇੱਥੇ ਸੜਕਾਂ 'ਤੇ ਖਲੋ ਕੇ ਫਾਦਰ ਦਾ ਸਾਥ ਦੇ ਰਹੇ ਹੋ, ਤੁਹਾਡਾ ਦਿਲ ਨਹੀਂ ਕੀਤਾ ਬਾਹਰ ਚੱਲ ਜਾਈਏ? ਸਰ ਬਾਹਰ ਜਾਣ ਨੂੰ ਦਿਲ ਆਏ ਨਹੀਂ ਕੀਤਾ ਹੈਗਾ ਵੀ ਉਰੇ ਸਾਰਾ ਕੁਛ ਹੈਗਾ ਜੀ, ਉਰੇ ਆਪਣੇ ਨਾਲ ਸੰਗ ਸ਼ਰਮ ਮਾਰਦੀ ਆ ਵੀ ਆਪਾਂ ਨੂੰ ਦੂਜਾ ਕਿਆ ਕਹੂਗਾ, ਹੈ ਨਾ, ਵੀ ਆਪਣੇ ਨਾਲ ਦੇ ਕੀ ਕਹਿਣਗੇ, ਰਿਸ਼ਤੇਦਾਰ, ਆਪਣੇ ਫਰੈਂਡ ਫੈਮਿਲੀ ਦੇ ਕੀ ਕਹਿਣਗੇ ਆਪਾਂ ਨੂੰ, ਅਤੇ ਆਪਾਂ ਨੂੰ ਇਹ ਚੀਜ਼ ਮਾਰਦੀ ਉਰੇ, ਸਮਝ ਲਓ ਵੀ ਤਾਂ ਲੋਕ ਕਹਿੰਦੇ ਕੰਮ ਕਰਕੇ ਖੁਸ਼ ਨਹੀਂ ਹੈਗੇ, ਰਾਜੀ ਨਹੀਂ ਹੈਗੇ, ਤਾਂ ਉਰੇ ਆਪਣੇ ਸਾਰਾ ਕੁਛ ਹੈਗਾ, ਜਿੰਨੇ ਪੈਸੇ ਆਪਾਂ ਬਾਹਰ ਲੈ ਕੇ ਜਾਂਦੇ ਹਾਂ, ਜੋ ਉਹਦੇ ਕੰਮ ਉਰੇ ਤੋਰਿਆ ਜਾਵੇ ਤਾਂ ਉਹਨਾਂ ਨਾਲ ਬੈਟਰ ਆਪਾਂ ਉਰੇ ਕਰ ਸਕਦੇ ਹਾਂ, ਕਿਉਂਕਿ ਉਰੇ ਆਪਣੇ ਕੋਲ ਸਾਰੀ ਸੁੱਖ ਸਹੂਲਤ ਆਪਣੀ ਆ, ਠੀਕ ਆ, ਬਾਹਰ ਜਾ ਕੇ ਆਪਾਂ ਕਿਸੇ 'ਤੇ ਨਿਰਭਰ ਹੋਣਾ, ਉਰੇ ਆਪਾਂ ਮਾਲਕ ਹਾਂ, ਬਾਹਰ ਜਾ ਕੇ ਆਪਣੇ ਬਣ ਜਾਣਗੇ ਨੌਕਰ, ਠੀਕ ਆ, ਉਹ ਚੀਜ਼ ਤਾਂ ਬਹੁਤ ਜਾਣੀ ਕਿ ਅੰਤਰ ਜਾਣੀ ਕਿ ਬਹੁਤ ਜ਼ਿਆਦਾ ਆ, ਠੀਕ ਆ, ਆਪਾਂ ਮਾਲਕ ਬਣਨ ਦੀ ਬਜਾਏ ਆਪਾਂ ਨੌਕਰ ਬਣਨ ਜਾਂਦੇ ਹਾਂ ਉੱਥੇ, ਹੈ ਨਾ, ਅਤੇ ਉਰੇ ਬਣ ਕੇ ਬਹੁਤ ਨੇ ਮੈਨੂੰ ਵੀ ਕਿਹਾ ਬਹੁਤ ਜਾਣਿਆਂ ਨੇ ਵੀ ਤੂੰ ਇਹ ਕੀ ਕੰਮ ਕਰ ਰਿਹਾ ਵੀ ਸਾਗ ਮੱਕੀ ਦੀ ਰੋਟੀ ਚਲਾ ਰਿਹਾ, ਹੈ ਨਾ, ਅਤੇ ਮੈਂ ਕਿਹਾ ਵੀ ਮੇਰਾ ਰੋਜ਼ਗਾਰ ਆ ਇਹ, ਠੀਕ ਆ, ਇਹਦੇ ਨਾਲ ਇੱਕ ਆਪਣੇ ਨਹੀਂ ਹੈਗਾ, ਬਹੁਤ ਲੋਕਾਂ ਦਾ ਰੋਜ਼ਗਾਰ ਜੁੜਿਆ ਹੋਇਆ ਇਸ ਚੀਜ਼ ਦੇ ਨਾਲ, ਹੈ ਨਾ, ਅਤੇ ਵੀ ਸਭ ਦਾ ਮਿਲ ਕੇ ਇਹ ਕੰਮ ਚੱਲਦਾ। ਜਦੋਂ ਤੁਸੀਂ ਇਹ ਸਮਾਨ ਵੇਚਦੇ ਹੋ, ਗ੍ਰਾਹਕ ਨੂੰ ਦਿੰਦੇ ਹੋ, ਜਦੋਂ ਖੁਸ਼ ਹੋ ਕੇ ਜਾਂਦਾ ਅਤੇ ਆਪਣੇ ਦਿਲ ਨੂੰ ਕਿੰਨੀ ਕੁ ਖੁਸ਼ੀ ਹੁੰਦੀ ਹੈ ਕਿ ਯਾਰ ਬਹੁਤ ਪਸੰਦ? ਬਹੁਤ ਜ਼ਿਆਦਾ ਖੁਸ਼ੀ ਹੁੰਦੀ ਹੈ, ਮੇਨ ਚੀਜ਼ ਸਰ ਇਹ ਆ ਵੀ ਉਰੇ ਜਿਹੜੀ ਚੀਜ਼ ਆਪਾਂ ਲੈ ਕੇ ਆਉਂਦੇ ਸਾਗ ਮੱਕੀ ਦੀ ਰੋਟੀ, ਬਣਦੀ ਹੋਰ ਬਹੁਤ ਜਗ੍ਹਾ ਵੀ ਹੈਗੀ ਆ ਅਤੇ ਆਪਣੇ ਨਾਂ ਵੀ ਵਧੀਆ ਬਣਾਉਂਦੇ ਨੇ, ਪਰ ਜਿਹੜੀ ਕੁਆਲਿਟੀ ਆ ਮੇਨ ਗੱਲ ਹੁੰਦੀ ਆ ਵੀ ਖੇਤ ਤੋਂ ਲੈ ਕੇ ਥਾਲੀ ਤੱਕ ਦਾ ਸਫ਼ਰ ਉਹ ਕੋਈ ਉਹ ਕਰਦਾ, ਉਹ ਆਪਣੇ ਕੋਲ ਹੈਗਾ, ਸਮਝੋ ਵੀ ਵਧੀਆ ਕੁਆਲਿਟੀ ਮੰਗਦਾ ਅੱਜ ਕੱਲ੍ਹ,
ਕਿਉਂਕਿ ਪੈਸੇ ਨਾਲ ਹਰ ਇੱਕ ਚੀਜ਼ ਨਹੀਂ ਮਿਲਦੀ ਹੈਗੀ, ਜੇ ਆਪਾਂ ਕਹੀਏ ਹੈ ਨਾ ਵੀ ਪੈਸੇ ਨਾਲ ਬੰਦਾ ਜਿਹੜੀ ਕੁਆਲਿਟੀ ਚੀਜ਼ ਆ ਉਹਨੂੰ ਹਰ ਇੱਕ ਬੰਦਾ ਯਾਨੀ ਕਿ ਚਾਹੁੰਦਾ, ਠੀਕ ਆ। ਹੁਣ ਉਰੇ ਅਸੀਂ ਆਪਾਂ ਯਾਨੀ ਕਿ ਆਉਂਦੇ ਹਾਂ ਲੈ ਕੇ, ਤਾਂ ਉਰੇ ਯਾਨੀ ਕਿ ਪੂਰਾ ਨਹੀਂ ਹੋ ਰਿਹਾ ਸਾਤੇ, ਹੈ ਨਾ ਵੀ ਇੰਨੇ ਕੁ ਵੀ ਲੋਕ ਆਉਂਦੇ ਨੇ ਚਾਹੁੰਦੇ ਨੇ, ਜਿਹੜਾ ਇੱਕ ਵਾਰ ਖਾ ਗਿਆ ਉਹ ਚਾਰ ਨੂੰ ਨਾਲ ਹੋਰ ਲੈ ਕੇ ਆਉਂਦਾ, ਇਹ ਨਹੀਂ ਹੈਗਾ ਇਕੱਲਾ ਆਪੇ ਆਉਣਾ, ਚਾਰ ਨੂੰ ਹੋਰ ਲੈ ਕੇ ਆਉਂਦਾ ਜੀ, ਇਸ ਤਰ੍ਹਾਂ। ਕੰਮ ਹੋਰ ਵੀ ਕਰ ਸਕਦੇ ਸੀ, ਇਹੀ ਕੰਮ ਕਿਉਂ ਚੁਣਿਆ, ਕੀ ਦਿਮਾਗ ਵਿੱਚ? ਨਹੀਂ ਮੈਂ ਜੋਬ ਕਰਦਾ ਜੀ, ਵੈਸੇ ਤਾਂ ਮੈਂ ਬੈਂਕਿੰਗ ਲਾਈਨ ਦੇ ਵਿੱਚ ਹਾਂ, ਮੈਂ ਜੋਬ ਕਰਦਾ, ਮੇਰਾ ਕੰਮ ਆਨਲਾਈਨ ਹੈ ਅਤੇ ਮੇਰੇ ਮਦਰ ਫਾਦਰ ਨੇ ਕੰਮ ਤੋਰਿਆ ਇਹ, ਠੀਕ ਹੈ, ਕਿਉਂਕਿ ਘਰ ਦੇ ਵਿੱਚ ਸੀਗੇ ਵਿਹਲੇ ਸੀਗੇ, ਠੀਕ ਹੈ, ਜਿਹੜਾ ਕੰਮ ਸੀਗਾ ਮਾੜਾ ਮੋਟਾ ਉਹ ਕਰਕੇ ਵਿਹਲੇ ਸੀਗੇ ਆਪਣਾ, ਹੈ ਨਾ, ਅਤੇ ਉਹਦੇ ਨਾਲ ਇਹਨਾਂ ਨੇ ਇਹ ਕੰਮ ਕਰ ਲਿਆ ਸ਼ੁਰੂ, ਅਤੇ ਮੈਂ ਤਾਂ ਇੱਕ ਹੈਲਪ ਦੇ ਤੌਰ 'ਤੇ ਨਾਲ ਆ ਰਿਹਾ, ਠੀਕ ਹੈ, ਅਤੇ ਮੇਰਾ ਕੰਮ ਵੈਸੇ ਆਨਲਾਈਨ ਆ, ਮੇਰੀ ਜੋਬ ਆ। ਬੇਟਾ ਤੁਸੀਂ ਸਕਾਰਪੀਓ ਦੇ ਵਿੱਚ ਬਣਾਇਆ, ਅਤੇ ਕਿੱਧਰੇ ਹੋਰ ਵੀ ਬਣਾ ਸਕਦੇ ਸੀ? ਸਰ ਬਣਾ ਤਾਂ ਸਕਦੇ ਸੀਗੇ ਆਪਾਂ ਹੋਰ ਵੀ, ਠੀਕ ਹੈ, ਅਤੇ ਇਹ ਆਪਣੇ ਕੋਲ ਗੱਡੀ ਸੀਗੀ, ਠੀਕ ਹੈ, ਕਿਉਂਕਿ ਆਪਾਂ ਨੇ ਯਾਨੀ ਕਿ ਘੁੰਮਣ ਫਿਰਨ ਦੀ ਬਜਾਏ, ਮੈਂ ਕਿਹਾ ਵੀ ਆਪਾਂ ਹੁਣ 2016 ਤੋਂ ਅਸੀਂ ਯਾਨੀ ਕਿ ਘੁੰਮ ਫਿਰੇ ਰਹੇ ਹਾਂ ਜਿੱਦਣ ਦੀ ਲਈ ਹੈ, ਠੀਕ ਹੈ, ਅਸੀਂ ਕਿਹਾ ਵੀ ਹੁਣ ਮਾੜਾ ਮੋਟਾ ਕੰਮ ਵੀ ਲੈ ਲਈਏ, ਅਤੇ ਉਹਦੇ ਨਾਲ ਫਿਰ ਇਹਦੇ ਵਿੱਚ ਕੰਮ ਤੋਂ ਜਾਣ ਤੋਂ ਬਾਅਦ ਫਿਰ ਗੇੜੀਆਂ ਵੀ ਲੱਗਦੀਆਂ? ਗੇੜੀਆਂ ਲੱਗਦੀਆਂ ਜੀ, ਗੇੜੀਆਂ ਲੱਗਦੀਆਂ, ਜ਼ਰੂਰ ਲੱਗਦੀਆਂ ਜੀ ਗੇੜੀਆਂ, ਕਿਉਂਕਿ ਆਪਣੇ ਗੇੜੀਆਂ ਲਾਉਣ ਵਾਸਤੇ ਲਈ ਸੀ, ਕਿਉਂਕਿ ਕੰਮ 'ਤੇ ਤਾਂ ਹੁਣ ਲਈ ਆ ਇਹ, ਅਸਲੀ ਕੰਮ ਜਿਹੜਾ ਆਪਾਂ ਨੇ ਪੈਸਾ ਲਾਇਆ ਗੱਡੀ 'ਤੇ ਖਰਚਿਆ, ਹੈ ਨਾ, ਅਤੇ ਉਹ ਤਾਂ ਹੁਣ ਆਪਾਂ ਸ਼ੁਰੂ ਕਰੇਗਾ। ਆਪਣੇ ਵਰਗੇ ਨੌਜਵਾਨਾਂ ਨੂੰ, ਵੀਰਾਂ ਨੂੰ ਕੀ ਕਹਿਣਾ ਚਾਹੋਗੇ ਜਿਹੜੇ ਵਿਦੇਸ਼ਾਂ ਵਿੱਚ ਜਾਣ ਨੂੰ ਪਾਗਲ ਹੋ ਫਿਰਦੇ ਨੇ, ਜਾਂ ਘਰ ਵਿੱਚ ਬੈਠੇ ਨੇ ਕਿ ਨੌਕਰੀਆਂ ਨਹੀਂ ਮਿਲਦੀਆਂ ਪਈਆਂ ਅਤੇ ਛੋਟੇ ਕੰਮ ਉਹ ਕਰ ਨਹੀਂ ਸਕਦੇ ਅਤੇ ਬੇਰੁਜ਼ਗਾਰ ਹੋਏ ਪਏ ਨੇ, ਲਾਲੇ ਪਏ ਨੇ, ਘਰ ਵਿੱਚ ਹਾਲਤ ਸਹੀ ਨਹੀਂ ਹੈਗੀ ਉਹਨਾਂ ਦੀ, ਲੇਕਿਨ ਕੰਮ ਨਹੀਂ ਕਰ ਪਾ ਰਹੇ, ਲੇਕਿਨ ਤੁਸੀਂ ਹਿੰਮਤ ਦਿਖਾਈਏ, ਬਾਹਰ ਆਇਓ, ਨਾ ਤੁਸੀਂ ਵਿਦੇਸ਼ਾਂ ਵੱਲ ਦੇਖਿਆ, ਆਪਣੇ ਇੱਥੇ ਰਹਿ ਕੇ ਇੰਡੀਆ ਵਿੱਚ ਰਹਿ ਕੇ ਪੰਜਾਬ ਵਿੱਚ ਰਹਿ ਕੇ ਤੁਸੀਂ ਇਹ ਕੰਮ ਸ਼ੁਰੂਆਤ ਕੀਤੀ, ਉਹਨਾਂ ਨੂੰ ਕੀ ਕਹੋ? ਸਰ ਮੈਂ ਤਾਂ ਇਹੀ ਗੱਲ ਕਹਿਣਾ ਚਾਹੂੰਗਾ ਵੀ ਆਪਣੇ ਉਰੇ ਸਾਰਾ ਕੁਛ ਹੈਗਾ, ਠੀਕ ਹੈ, ਵੀ ਮੇਨ ਗੱਲ ਤਾਂ ਵੀ ਆਪਣੀ ਯਾਨੀ ਕਿ ਸੰਗ ਸ਼ਰਮ ਕਰੋ ਦੂਰ, ਹਰ ਇੱਕ ਦੇ ਹੱਥ 'ਚ ਹੁਨਰ ਹੈ, ਕੋਈ ਨਾ ਕੋਈ ਹੁਨਰ ਹੈਗਾ, ਇਹ ਨਹੀਂ ਹੈਗਾ ਵੀ ਕੋਈ ਬੰਦਾ ਉਰੇ ਆ ਗਿਆ ਦੁਨੀਆ 'ਤੇ ਤਾਂ ਉਹਦੇ ਹੱਥ 'ਚ ਹੁਨਰ ਨਹੀਂ, ਕੁਛ ਨਾ ਕੁਛ ਹੈਗਾ ਜਿਹੜਾ ਆਪਣਾ ਹੁਨਰ ਵੇਚੋ ਬਾਹਰ ਨਿਕਲ ਕੇ, ਹੈ ਨਾ, ਕੋਈ ਯਾਨੀ ਕਿ ਸੰਗ ਸ਼ਰਮ ਕਰਨ ਦੀ ਲੋੜ ਨਹੀਂ, ਜੇ ਆਪਣਾ ਹੁਨਰ ਵੇਚੋਗੇ ਤਾਂ ਉਹਦੇ ਪੈਸੇ ਆਉਣਗੇ ਤੁਹਾਨੂੰ, ਸਮਝੋ, ਅਤੇ ਉਸੇ ਉਹੀ ਪੈਸਾ ਆਪਾਂ ਯਾਨੀ ਕਿ ਕਮਾਉਣ ਦੇ ਲਈ ਜਾਂਦੇ ਹਾਂ ਬਾਹਰ, ਬਾਹਰ ਕੋਈ ਹੋਰ ਤਾਂ ਕੋਈ ਯਾਨੀ ਕਿ ਝਾੜ ਨੂੰ ਤਾਂ ਲੱਗੇ ਨਹੀਂ ਹੋਏ ਵੀ ਜਿਹੜੇ ਆਪਾਂ ਯਾਨੀ ਕਿ ਤੋੜ ਕੇ ਲਿਆਉਣੇ ਨੇ, ਹੈ ਨਾ, ਇਹੀ ਚੀਜ਼ ਬਾਹਰ ਆ, ਜੇ ਇਹੀ ਚੀਜ਼ ਉਰੇ ਕਰ ਲਈ ਜਾਵੇ ਤਾਂ ਅੱਜ ਆਪਾਂ ਡਾਊਨ ਆ, ਕੱਲ੍ਹ ਨੂੰ ਅੱਪ ਵੀ ਹੋਵਾਂਗੇ, ਇਹ ਨਹੀਂ ਹੈਗਾ ਵੀ ਜੇ ਅੱਜ ਯਾਨੀ ਕਿ ਹਨੇਰਾ ਤਾਂ ਹਨੇਰਾ ਹੀ ਰਹੂਗਾ, ਅਤੇ ਚਾਨਣ ਵੀ ਜ਼ਰੂਰ ਹੋਊਗਾ, ਹੈ ਨਾ, ਅਤੇ ਆਪਣੀ ਹਿੰਮਤ ਹੈ ਵੀ ਆਪਾਂ ਯਾਨੀ ਕਿ ਅੱਜ ਦੇ ਟਾਈਮ ਦੇ ਵਿੱਚ ਜ਼ਿਆਦਾਤਰ ਕੀ ਆ ਇਹਦੇ ਵਿੱਚ ਯਾਨੀ ਕਿ ਯੂਥ 'ਚ ਵੀ ਸਰਕਾਰਾਂ ਦੇ ਕਿੰਨੀ ਆ ਧਿਆਨ ਵੀ ਸਾਨੂੰ ਯਾਨੀ ਕਿ ਜੋਬ ਮਿਲਣਗੇ, ਹੈ ਨਾ, ਵੀ ਅਸੀਂ ਪੜ੍ਹੇ ਲਿਖੇ ਹੈਗੇ ਹਾਂ, ਜਿਹੜੀ ਪੜ੍ਹਾਈ ਲਿਖਾਈ ਕੀਤੀ ਆ ਉਹ ਆਪਾਂ ਨੇ ਆਪਣੇ ਵਾਸਤੇ ਕੀਤੀ ਆ, ਨਾ ਕਿ ਆਪਾਂ ਕਿਸੇ ਵਾਸਤੇ ਕਰੀ ਆ, ਠੀਕ ਹੈ, ਉਹਦਾ ਯਾਨੀ ਕਿ ਪੜ੍ਹਾਈ ਲਿਖਾਈ ਦਾ ਆਪਾਂ ਫਾਇਦਾ ਕਿਉਂ ਨਾ ਆਪਣੇ ਕੰਮ 'ਚ ਲਈਏ, ਹੈ ਨਾ, ਆਪਾਂ ਯਾਨੀ ਕਿ ਨੌਕਰ ਬਣਨਾ ਨੇ, ਚਾਹੇ ਆਪਾਂ ਪ੍ਰਾਈਵੇਟ ਬਣ ਜਾਈਏ ਨੌਕਰ, ਚਾਹੇ ਜਿਹੜੇ ਮਰਜ਼ੀ ਨੌਕਰ ਬਣ ਜਾਈਏ, ਉਹਦੇ ਨਾਲ ਆਪਣਾ ਕੰਮ ਕਿਉਂ ਨਾ ਕੀਤਾ ਜਾਵੇ, ਚਾਹੇ ਛੋਟਾ ਹੀ ਕਰਿਆ ਜਾਵੇ, ਹੈ ਨਾ, ਮੈਂ ਤਾਂ ਇਹੀ ਗੱਲ ਕਹੂੰਗਾ ਜਾਂ ਚਾਹੁੰਦਾ ਵੀ ਹਰ ਇੱਕ ਬੰਦੇ ਦੇ ਹੱਥ 'ਚ ਹੁਨਰ ਆ ਵੀ ਆਪਣਾ ਕੰਮ ਕੋਈ ਨਾ ਕੋਈ ਕਰੋ। ਬਿਲਕੁਲ, ਜੋ ਹੈ ਬਹੁਤ ਸੋਹਣੀ ਗੱਲ ਕਹੀ ਹੈ ਉਹਨ ਵੀਰਾਂ ਨੂੰ ਜਿਹੜੇ ਬਾਹਰ ਜਾਣ ਦੇ ਮਤਲਬ ਬਾਹਰ ਜਾਣ ਦੇ ਚੱਕਰ ਵਿੱਚ ਕੰਮ ਨਹੀਂ ਕਰਦੇ ਜਾਂ ਸੋਚਦੇ ਨੇ ਕਿ ਅਸੀਂ ਵਿਦੇਸ਼ ਜਾਈਏ ਜਾਂ ਫਿਰ ਛੋਟਾ ਕੰਮ ਕਰਦੇ, ਸ਼ਰਮ ਕਰਦੇ ਨੇ, ਉਹ ਵੀਰ ਨੂੰ ਬਹੁਤ ਅੱਛੀ ਗੱਲ ਕਹੀ ਹੈ ਵੀਰ ਨੇ ਕਿ ਭਾਈ ਤੁਸੀਂ ਛੋਟਾ ਕੰਮ ਹੈ, ਪੜ੍ਹਾਈ ਕੀਤੀ ਹੈ ਕੋਈ ਗੱਲ ਨਹੀਂ, ਪੜ੍ਹਾਈ ਆਪਣੇ ਵਾਸਤੇ ਕੀਤੀ ਹੈ, ਕੋਈ ਸਰਕਾਰਾਂ ਵਾਸਤੇ ਨਹੀਂ ਕੀਤੀ, ਅਤੇ ਪੜ੍ਹਾਈ ਦਾ ਫਾਇਦਾ ਚੁੱਕੋ, ਜੋ ਹੁਨਰ ਤੁਹਾਡੇ ਵਿੱਚ ਹੈ ਉਸ ਹੁਨਰ ਨੂੰ ਜੋ ਹੈ ਅੱਗੇ ਲਿਆ ਕੇ ਕੋਈ ਇਹੋ ਜਿਹਾ ਕੰਮ ਕਰੋ ਜਿਸ ਨਾਲ ਕਮਾਈ ਵੀ ਹੋ ਸਕੇ, ਘਰ ਬਾਰ ਵੀ ਚੱਲ ਸਕੇ। ਅਤੇ ਇਸ ਵੀਰ ਨੇ ਵੀ ਆਪਣੀ ਸ਼ਰਮ ਲਾ ਕੇ ਜਿਹੜੀ ਹੈ ਇੱਕ ਕਾਰ ਦੇ ਵਿੱਚ ਸੈਟਅਪ ਬਣਾ ਕੇ ਰੋਜ਼ਗਾਰ ਜਿਹੜਾ ਹੈ ਆਪਣਾ ਚਲਾਇਆ, ਅਤੇ ਉਸਨੇ ਵਿਦੇਸ਼ ਵੱਲ ਵੇਖਿਆ ਵੀ ਨਹੀਂ। ਅਤੇ ਇਸ ਤਰ੍ਹਾਂ ਦੇ ਹੋਰ ਖਬਰਾਂ, ਹੋਰ ਨਿਊਜ਼, ਹੋਰ ਜਾਣਕਾਰੀ ਲੈ ਕੇ ਤੁਹਾਡੇ ਸਾਹਮਣੇ ਆਉਂਦੇ ਰਹਾਂਗੇ। ਦੇਖਦੇ ਰਹੋ D5 ਚੈਨਲ ਪੰਜਾਬੀ ਲੁਧਿਆਣਾ। ਹੋਏਗੀ ਕਿਸਾਨਾਂ ਦੀ ਗੱਲ, ਨਵੀਂ ਖੇਤੀ ਮਸ਼ੀਨਾਂ, ਬੀਜਾਂ ਤੇ ਬਾਗਾਂ ਦੀ ਗੱਲ ਲੈ ਕੇ ਚੱਲਾਂਗੇ ਤੁਹਾਨੂੰ ਰੰਗਲੇ ਪੰਜਾਬ ਦੇ ਖੇਤਾਂ ਵੱਲ। ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ ਫਾਰਮਿੰਗ ਵਿਦ ਅਮਰਜੀਤ ਵੜੈਚ, ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 7:30 D5 ਚੈਨਲ ਪੰਜਾਬੀ ਤੇ। ਕੀ ਹੁੰਦੀ ਹੈ ਜਮ੍ਹਾਂਬੰਦੀ, ਕਿਵੇਂ ਬਣਦੀ ਹੈ ਵਸੀਅਤ, ਜ਼ਮੀਨ ਜਾਇਦਾਦ ਦੇ ਹਰ ਮਸਲੇ ਤੇ ਕਰਾਂਗੇ ਚਰਚਾ। ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ ਨਾਇਬ ਤਹਿਸੀਲਦਾਰ .com D5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ। ਨਿਡਰ ਹਾਂ, ਨਿਰਪੱਖ ਰਹਾਂਗੇ, ਆਜ਼ਾਦ ਹਾਂ, ਸੱਚ ਕਹਾਂਗੇ, ਗੱਲ ਕਰਾਂਗੇ ਸਿਆਸੀ ਹਵਾ ਦੀ, ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ, ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ, ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ, ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ, ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ, ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ,
ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਖੁੱਲਾਂਗੇ ਅੰਦਰੂਨੀ ਰਾਜ਼ ਬਣਾਂਗੇ ਬੁਲੰਦ ਆਵਾਜ਼ ਖੇਡ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਮਨੋਰੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਝਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ਧਰੋਹਰ ਸਿਹਤ ਔਰ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਰ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ